ਸਿੱਖ ਭਾਈਚਾਰਾ ਰਾਹਤ ਕੈਂਪਾਂ 'ਚ ਹੜ੍ਹ ਪੀੜਤਾਂ ਨੂੰ ਪਹੁੰਚਾ ਰਿਹਾ ਹੈ ਖਾਣਾ। ਕੇਰਲ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕ ਕੋਚੀ ਜ਼ਿਲ੍ਹੇ ਵਿੱਚ ਭੋਜਨ ਤਿਆਰ ਕਰਵਾ ਕੇ ਅਤੇ ਰਾਹਤ ਕੈਂਪਾਂ ਵਿੱਚ ਪਹੁੰਚਾ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ। ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਹ ਪਿਛਲੇ 3 ਦਿਨਾਂ ਤੋਂ ਕੋਚੀ ਦੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਤਿਆਰ ਕਰਵਾ ਕੇ ਹੜ੍ਹ ਪੀੜਤਾਂ ਨੂੰ ਮੁਹੱਈਆ ਕਰਵਾ ਰਹੇ ਹਨ ਅਤੇ ਉਹ ਮਹਿਸੂਸ ਕਰਦੇ ਹਨ ਕਿ ਹੜ੍ਹ ਪੀੜਤਾਂ ਨੂੰ ਉਹ ਵਧੀਆ ਭੋਜਨ ਮੁਹੱਈਆ ਕਰਵਾ ਸਕਦੇ ਹਨ। ਕੇਰਲ ਵਿੱਚ ਭਾਰੀ ਬਰਸਾਤ ਅਤੇ ਹੜ੍ਹਾਂ ਕਾਰਨ ਭਾਰੀ ਤਬਾਹੀ ਹੋਈ ਹੈ ਅਤੇ ਕਈ ਲੋਕ ਮਾਰੇ ਜਾ ਚੁੱਕੇ ਹਨ, ਜਦਕਿ ਲੱਖਾਂ ਲੋਕਾਂ ਨੇ ਰਾਹਤ ਕੈਂਪਾਂ ਵਿੱਚ ਆਸਰਾ ਲਿਆ ਹੋਇਆ ਹੈ। For the last 3 continuous days, we have been serving food for more than 1,500 people plus people. And for them, we are preparing the food in a very hygienic manner in our Gurdwara Sahib at Cochin. Every day, for evening, by taking around for 1,300 people in tie-up with the Rotary Club of Cochin, we are serving them food. We are taking them food to 2 camps, one in Narakkal and one in Kamalpadi. And for them, for all these sevas, all the sick people of Cochin are gathered together to help these victims by preparing good food for them.